ਇਸ ਵੇਲੇ ਦੀ ਵੱਡੀ ਖਬਰ, ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ ਹੋ ਗਿਆ 58 ਸਾਲ ਦੀ ਉਮਰ ਦੇ ਵਿੱਚ। ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। 10 ਅਗਸਤ ਨੂੰ ਜਿਮ ਦੇ ਵਿੱਚ ਵਰਕਆਊਟ ਦੌਰਾਨ ਰਾਜੂ ਸ਼੍ਰੀਵਾਸਤਵ ਨੂੰ ਹਾਰਟ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਏਮਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। 42 ਦਿਨਾਂ ਤੱਕ ਲਗਾਤਾਰ ਉਹਨਾਂ ਦਾ ਇਲਾਜ ਚੱਲਿਆ। ਡਾਕਟਰਾਂ ਨੇ ਉਹਨਾਂ ਦੇ ਹਾਰਟ ਦੀ ਸਰਜਰੀ ਵੀ ਕੀਤੀ, ਸਟੰਟ ਵੀ ਪਾਇਆ, ਪਰ ਰਾਜੂ ਸ਼੍ਰੀਵਾਸਤਵ ਜ਼ਿਆਦਾ ਦੇਰ ਤੱਕ ਜਿਹੜਾ ਸਰਵਾਈਵ ਨਹੀਂ ਕਰ ਸਕੇ ਅਤੇ ਉਹਨਾਂ ਦਾ ਅੱਜ ਦੇਹਾਂਤ ਹੋ ਗਿਆ। ਇਹਨਾਂ 42 ਦਿਨਾਂ ਵਿੱਚ ਉਹਨਾਂ ਦੇ ਕਈ ਵਾਰ ਹਾਲਤ ਦੇ ਵਿੱਚ ਸੁਧਾਰ ਵੀ ਹੋਇਆ। ਡਾਕਟਰਾਂ ਨੇ ਵੀ ਕਿਹਾ ਸੀ ਕਿ ਉਹ ਆਊਟ ਆਫ ਡੇਂਜਰ ਨੇ, ਜਲਦ ਠੀਕ ਹੋ ਜਾਣਗੇ, ਪਰ ਫਿਰ ਵੀ ਰਾਜੂ ਸ਼੍ਰੀਵਾਸਤਵ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਸੀ। ਉਹਨਾਂ ਦੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਨਾਜ਼ੁਕ ਬਣੀ ਹੋਈ ਸੀ ਅਤੇ ਰਾਜੂ ਸ਼੍ਰੀਵਾਸਤਵ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦੇ ਕਾਮੇਡੀ ਸਫ਼ਰ ਦੀ ਗੱਲ ਕਰੀਏ ਤਾਂ 2000 ਦੇ ਦਸ਼ਕ ਦੀ ਜਾਂ 1998 ਦੇ ਦਰਮਿਆਨ ਉਹਨਾਂ ਨੇ ਆਪਣੀ ਕਾਮੇਡੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕਿਰਦਾਰ ਕੀਤੇ, ਸਟੈਂਡ ਅਪ ਕਾਮੇਡੀ ਕੀਤੀ, ਪਰ ਉਹਨਾਂ ਦੀ ਪਹਿਚਾਣ ਤਦ ਬਣੀ ਜਦ ਉਹਨਾਂ ਨੇ ਅਮਿਤਾਭ ਬੱਚਨ ਦੀ ਮਮਿਕਰੀ ਕੀਤੀ ਸੀ। ਅਮਿਤਾਭ ਬੱਚਨ ਦੇ ਕਿਰਦਾਰ ਨੂੰ ਉਹ ਸਕਰੀਨ ਉੱਤੇ ਲੈ ਕੇ ਆਏ ਸੀ, ਤਦ ਉਹਨਾਂ ਨੂੰ ਜਿਹੜਾ ਆ ਬਹੁਤ ਜ਼ਿਆਦਾ ਪਹਿਚਾਣ ਮਿਲੀ ਅਤੇ ਗਜੋਦਰ ਬੀਆ ਦੇ ਨਾਮ ਦੇ ਨਾਲ ਵੀ ਰਾਜੂ ਸ਼੍ਰੀਵਾਸਤਵ ਨੂੰ ਜਾਣਿਆ ਜਾਂਦਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਕਾਮੇਡੀਅਨ ਨੂੰ ਭਾਰਤੀ ਸਿਨੇਮਾ ਦੇ ਵਿੱਚ ਭਾਰਤੀ ਜਗਤ ਦੇ ਲੋਕ ਯਾਦ ਰੱਖਣ।